ਆਲ ਲਸਟ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ ਅਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡਾ ਇੰਨਾ ਸਾਥ ਦਿੰਦੇ ਹੋ ਅਤੇ ਇਸੇ ਸਾਥ ਦੇ ਸਦਕਾ ਸਾਡੀ ਜਿਹੜੀ 50,000 ਸ਼ੂਜ਼ ਵੰਡਣ ਦੀ ਮੁਹਿੰਮ ਜਿਹੜੀ ਆ ਬਹੁਤ ਹੀ ਬਾਖੂਬੀ ਜਿਹੜੀ ਆ ਉਹ ਚੱਲ ਰਹੀ ਹੈ ਅਤੇ ਬਹੁਤ ਜਲਦੀ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਸਟੇਟ ਦੇ ਵਿੱਚ ਜਿਹੜੀ ਆ ਸ਼ੂ ਗਿਵਿੰਗ ਕੈਂਪੇਨਸ ਦੀ ਅਵੇਅਰਨੈਸ ਕਰੀਏ। ਅਤੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਵਿੱਚ ਹਾਂ ਅਤੇ ਜ਼ਿਲ੍ਹਾ ਮੋਗਾ ਦੇ ਵਿੱਚ ਅਸੀਂ ਸਪੈਸ਼ਲੀ ਸਾਡੇ ਵੋਲੰਟੀਅਰ ਬਲਜਿੰਦਰ ਕੌਰ ਅਤੇ ਸਾਡੇ ਜਿਹੜੇ ਡੋਨਰ ਆ ਸੁਖਜਿੰਦਰ ਸਿੰਘ ਜੀ ਉਹਨਾਂ ਦੇ ਸਦਕਾ ਅਸੀਂ ਹਮੇਸ਼ਾ ਇਸ ਡਿਸਟ੍ਰਿਕਟ 'ਚ ਪਹੁੰਚਦੇ ਹਾਂ ਅਤੇ ਬਹੁਤ ਹੀ ਅੱਛੀ ਟੀਮ ਮੋਗਾ ਦੀ ਜਿਹੜੀ ਆ ਉਹ ਬਣ ਚੁੱਕੀ ਆ ਕਿ ਬਹੁਤ ਬਾਖੂਬੀ ਉਹ ਸਰਵਿਸ ਕਰਦੇ ਨੇ ਅਤੇ ਆਪਣੇ ਕੈਂਪੇਨ ਸਪੋਂਸਰ ਵੀ ਕਰਦੇ ਨੇ ਅਤੇ ਸਾਡੀ ਟੀਮ ਜਿਹੜੀ ਆ ਫਿਰ ਇਕੱਠੇ ਮਿਲ ਕੇ ਅਸੀਂ ਜਿਹੜਾ ਇੱਥੇ ਹਮੇਸ਼ਾ ਕੈਂਪੇਨ ਕਰਦੇ ਹਾਂ ਅਤੇ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਵਿੱਚ ਹਾਂ ਪਿੰਡ ਨੂਰਪੁਰ ਹਕੀਮਾ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਅਤੇ ਇੱਥੇ ਅੱਜ ਸਾਡਾ 276th ਕੈਂਪੇਨ ਆ ਅਤੇ ਅੱਜ ਸਾਡੇ ਇਸ ਪਿੰਡ ਦੇ ਵਿੱਚ ਮੈਨੂੰ ਖੁਸ਼ੀ ਆ ਕਿ 14,000 ਸ਼ੂਜ਼ ਜਿਹੜੇ ਆ ਉਹ ਕੰਪਲੀਟ ਹੋ ਜਾਣਗੇ। ਅਸੀਂ ਆਪਣੇ ਟਾਰਗੇਟ ਦੇ ਅਗਲੇ ਪੜਾਅ ਵੱਲ ਜਿਹੜਾ ਵਾ ਉਹ ਚੱਲ ਪਵਾਂਗੇ, ਅਸੀਂ 15,000 ਵੱਲ ਜਿਹੜਾ ਉਹ ਮੂਵ ਕਰਾਂਗੇ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਪਿੰਡ ਦੇ ਵਿੱਚ ਅਸੀਂ ਅੱਜ, ਕਿਉਂਕਿ ਹਰ ਪਿੰਡ 'ਚ ਇੱਕ ਮਾਈਲਸਟੋਨ ਅਸੀਂ ਜਿਹੜਾ ਉਹ ਕਵਰ ਕਰਦੇ ਹਾਂ, ਹਰ ਪਿੰਡ ਵਿੱਚ ਇੱਕ ਛਾਪ ਛੱਡ ਕੇ ਜਾਂਦੇ ਹਾਂ ਕਿ ਇੱਥੇ ਅਸੀਂ ਆਪਣਾ ਇੰਨੇ ਅਕਾਊਂਟ ਜਿਹੜਾ ਪੂਰਾ ਕੀਤਾ ਸੀ। ਇਸੇ ਕਰਕੇ ਮੈਂ ਆਪਣੇ ਹਰ ਕੈਂਪੇਨ 'ਚ ਹਰ ਲਾਈਵ ਵੀਡੀਓ 'ਚ ਮੈਂਸ਼ਨ ਕਰਦੀ ਹਾਂ ਕਿ ਕਿੰਨੇ ਸਾਡੇ ਸ਼ੂਜ਼ ਹੋ ਗਏ ਨੇ ਜਾਂ ਕਿੰਨਾ ਸਾਡਾ ਕੈਂਪੇਨ ਆ, ਕਿਉਂਕਿ ਉਹ ਸਾਡਾ ਉਸ ਪਿੰਡ ਨਾਲ ਇੱਕ ਯਾਦ ਜੋੜ ਦਿੰਦਾ। ਸਾਨੂੰ ਪਤਾ ਨਹੀਂ ਕਿ ਅਸੀਂ ਦੁਬਾਰਾ ਕਦੀ ਉਸ ਪਿੰਡ ਆਉਣਾ ਹੈ ਕਿ ਨਹੀਂ, ਬਿਕੋਜ਼ ਪੰਜਾਬ ਦੇ 13,000 ਪਲੱਸ ਪਿੰਡ ਨੇ ਅਤੇ ਸਾਡੀ ਇੱਛਾ ਹੈ ਕਿ ਅਸੀਂ ਹਰ ਪਿੰਡ ਦੇ ਵਿੱਚ ਜ਼ਰੂਰ ਅਵੇਅਰਨੈਸ ਕਰੀਏ ਜਿੱਥੇ ਵੀ ਸ਼ੂਜ਼ ਦੀ ਜਿਹੜੀ ਆ ਜ਼ਰੂਰਤ ਆ। ਅੱਜ ਦੀ ਵੀਡੀਓ ਬੜੀ ਖਾਸ ਹੋਵੇਗੀ, ਮੇਰੇ ਨਾਲ ਬਹੁਤ ਸਾਰੇ ਗੈਸਟ, ਅੱਜ ਬਹੁਤ ਘੱਟ ਲਾਈਵ ਵੀਡੀਓਜ਼ 'ਚ ਸਾਡੇ ਨਾਲ ਗੈਸਟ ਹੁੰਦੇ ਨੇ। ਸੋ ਸਾਡੇ ਕੋਲ ਰੀਤ ਕੌਰ ਜੋ ਹਮੇਸ਼ਾ ਹੀ ਜਦੋਂ ਵੀ ਅਸੀਂ ਮੋਗਾ ਕੈਂਪੇਨ ਕਰਨ ਆਉਂਦੇ ਹਾਂ ਅਤੇ ਇੱਕ ਪੋਇਮ ਰੈਡੀ ਕਰਕੇ ਲੈ ਕੇ ਆਉਂਦੇ ਨੇ, ਸੋ ਉਹ ਸਾਨੂੰ ਅੱਜ ਇੱਕ ਪੋਇਮ ਜਿਹੜੀ ਆ ਉਹ ਸੁਣਾਉਣਗੇ। ਮੇਰੇ ਨਾਲ ਸਕੂਲ ਦੇ ਟੀਚਰ ਨੇ, ਇੱਥੇ ਇੰਚਾਰਜ ਸੈਂਟਰ ਹੈੱਡ ਗੌਰਵ ਸ਼ਰਮਾ ਵੀ ਅੱਜ ਇੱਥੇ ਆਏ ਨੇ, ਪਿੰਡ ਦੇ ਸਾਬਕਾ ਸਰਪੰਚ ਨੇ, ਪਿੰਡ ਦੇ ਕਰੰਟ ਸਰਪੰਚ ਨੇ, ਸੋ ਸਾਰਿਆਂ ਨਾਲ ਆਪਾਂ ਅੱਜ ਗੱਲ ਕਰਾਂਗੇ। ਅਤੇ ਨੂਰਪੁਰ ਹਕੀਮਾ ਦੇ ਵਿੱਚ ਅੱਜ ਅਸੀਂ ਹੈਗੇ ਹਾਂ, ਜੇ ਕੋਈ ਵੀ NRI ਇਸ ਪਿੰਡ ਨੂੰ ਬਿਲੋਂਗ ਕਰਦਾ ਹੈ ਅਤੇ ਕੰਗਰੈਚੁਲੇਸ਼ਨਸ ਕਿ ਤੁਹਾਡੇ ਸਕੂਲ ਦੇ ਬੱਚਿਆਂ ਨੂੰ ਅੱਜ ਜਿਹੜੇ ਆ ਉਹ ਸ਼ੂਜ਼ ਮਿਲਣਗੇ। ਅਤੇ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਵਿੱਚ ਹਾਂ, ਸਾਡਾ 276th ਜਿਹੜਾ ਕੈਂਪੇਨ ਆ। ਸੋ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਪੰਜਾਬ ਦੇ ਵਿੱਚ 10,000 ਸ਼ੂਜ਼ ਵੱਖ ਵੱਖ ਐਲੀਮੈਂਟਰੀ ਸਕੂਲਾਂ ਵਿੱਚ ਦੇਣ ਦਾ ਜਿਹੜਾ ਟਾਰਗੇਟ ਲਿਆ ਸੀ, ਜਿਹਨੂੰ ਅਸੀਂ 28 ਨਵੰਬਰ 2018 ਨੂੰ ਕੰਪਲੀਟ ਕੀਤਾ ਹੈ 2 ਸਾਲਾਂ ਬਾਅਦ, ਅਤੇ ਹੁਣ ਅਸੀਂ ਆਪਣੇ ਟਾਰਗੇਟ ਨੂੰ 50,000 ਸ਼ੂਜ਼ 'ਚ ਕਨਵਰਟ ਕਰ ਲਿਆ ਹੈ। ਅਤੇ ਉਸੇ ਲੜੀ ਦੌਰਾਨ ਅੱਜ ਅਸੀਂ ਪਿੰਡ ਨੂਰਪੁਰ ਹਕੀਮਾ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜੇ ਉਹ ਅਸੀਂ ਆਏ ਹੋਏ ਹਾਂ। ਅਤੇ ਬਹੁਤ ਸਾਰੇ ਬੱਚੇ ਆ ਜਿਹੜੇ ਸਕੂਲ ਦੇ, ਜਿਹੜੇ ਅੱਜ ਚੱਪਲਾਂ ਦੇ ਵਿੱਚ ਨੇ ਸਕੂਲ ਦੇ ਵਿੱਚ। ਸੋ ਸ਼ੂਜ਼ ਪਾਉਣ ਦਾ ਜਿਹੜਾ ਵਾ ਉਹ ਲਿੰਕ ਗਰਮੀ ਸਰਦੀ ਨਾਲ ਨਹੀਂ ਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਹਨੂੰ ਗਰਮੀ ਸਰਦੀ ਨਾਲ ਲਿੰਕ ਕਰ ਲੈਂਦੇ ਨੇ ਕਿ ਗਰਮੀਆਂ ਹੈ ਅਤੇ ਬੱਚੇ ਇਹਨੂੰ ਤਾਂ ਚੱਪਲਾਂ ਨਾਲ ਵੀ ਉਹਨਾਂ ਦਾ ਸਰਦਾ ਹੈ, ਅਤੇ ਜਿਹੜੇ ਸਾਡੇ ਬੱਚੇ ਸਕੂਲ 'ਚ ਜਾਂਦੇ ਨੇ ਉਹਨਾਂ ਦਾ ਚੱਪਲਾਂ ਨਾਲ ਜਿਹੜਾ ਉਹ ਕਿਉਂ ਨਹੀਂ ਸਰਦਾ? ਬਿਕੋਜ਼ ਇਹ ਚੀਜ਼ ਜਿਹੜੀ ਆ ਉਹ ਹੈਲਥ ਨਾਲ ਲਿੰਕ ਆ, ਨਾ ਕਿ ਉਹ ਗਰਮੀ ਸਰਦੀ ਨਾਲ ਲਿੰਕ ਆ। ਬੱਚਿਆਂ ਦਾ ਪੈਰ ਸਾਫ਼ ਰੱਖਣਾ ਬੜਾ ਜ਼ਰੂਰੀ ਆ ਅਤੇ ਸ਼ੂਜ਼ ਪਾਉਣੇ ਬੜਾ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਤੁਹਾਡਾ ਫੀਲਡ ਮੈਡੀਕਲ ਆ, ਆਈ ਥਿੰਕ ਤੁਹਾਨੂੰ ਮੇਰੇ ਨਾਲੋਂ ਵੀ ਜ਼ਿਆਦਾ ਪਤਾ ਹੈ ਕਿ ਸਭ ਤੋਂ ਵੱਧ ਬਿਮਾਰੀਆਂ ਜਿਹੜੀਆਂ ਉਹ ਸਾਨੂੰ ਪੈਰਾਂ ਤੋਂ ਹੀ ਲੱਗਦੀਆਂ ਜੇ ਅਸੀਂ ਪੈਰਾਂ ਨੂੰ ਸਾਫ਼ ਨਹੀਂ ਰੱਖਦੇ, ਉਹਨਾਂ ਨੂੰ ਢੱਕ ਕੇ ਨਹੀਂ ਰੱਖਦੇ। ਸੋ ਇਸ ਚੀਜ਼ ਦੀ ਅਵੇਅਰਨੈਸ ਬੜੀ ਜ਼ਰੂਰੀ ਆ। ਸਾਡਾ ਦੇਸ਼ ਇਸ ਤਰ੍ਹਾਂ ਦਾ ਇੱਕ ਦੇਸ਼ ਆ ਜਿੱਥੇ ਕਿ ਪੈਰਾਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਨੂੰ ਜਿਹੜਾ ਵਾ ਉਹ ਨਿਗਲੈਕਟਿਡ ਡਿਜ਼ੀਜ਼ ਦੇ ਵਿੱਚ ਮੰਨਿਆ ਗਿਆ ਹੈ ਕਿ ਸਾਨੂੰ ਪਤਾ ਵੀ ਨਹੀਂ ਆ ਕਿ ਸਾਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਆ, ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਆ ਕਿ ਪੈਰਾਂ ਨਾਲ ਬੱਚਿਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਵੱਲ ਧਿਆਨ ਦੇਣਾ ਕਿੰਨਾ ਜ਼ਰੂਰੀ ਆ ਅਤੇ ਉਹਨਾਂ ਦੀ ਹੈਲਥ ਨੂੰ ਲੌਂਗ ਟਰਮ 'ਚ ਕਿੱਦਾਂ ਇਫੈਕਟ ਕਰਦੇ ਨੇ। ਸੋ ਜਦੋਂ ਵੀ ਅਸੀਂ ਸ਼ੂਜ਼ ਦਿੰਦੇ ਹਾਂ ਤਾਂ ਮੇਰੀ ਹਮੇਸ਼ਾ ਇਹੀ ਸੋਚ ਹੁੰਦੀ ਆ, ਮੇਰੀ ਟੀਮ ਦੀ ਇਹੀ ਸੋਚ ਹੁੰਦੀ ਆ, ਜਾਂ ਅਸੀਂ ਕੀ ਸੋਚ ਪਿੱਛੇ ਲੈ ਕੇ ਚੱਲਦੇ ਹਾਂ, ਅਸੀਂ ਹੈਲਥ ਨੂੰ ਨੰਬਰ 1 'ਤੇ ਲੈ ਕੇ ਚੱਲਦੇ ਹਾਂ ਕਿ ਬੱਚੇ ਦਾ ਪੈਰ ਸਾਈਕਲ ਮੋਟਰਸਾਈਕਲ 'ਚ ਨਾ ਆ ਜਾਵੇ, ਬੱਚੇ ਦੇ ਪੈਰ ਵਿੱਚ ਕੁਛ ਵੱਜ ਨਾ ਜਾਵੇ,
ਬੱਚੇ ਦਾ ਖੇਡਦੇ ਹਾਂ, ਬੱਚੇ ਨੂੰ ਸੱਟ ਨਾ ਲੱਗ ਜੇ ਜਾਂ ਬੱਚੇ ਨੂੰ ਪੈਰ ਤੋਂ ਕੋਈ ਬਿਮਾਰੀ ਨਾ ਲੱਗ ਜੇ, ਸੋ ਇਹ ਸੋਚ ਦੇ ਨਾਲ ਜਿਹੜਾ ਬੱਚੇ ਨੂੰ ਜਿਹੜਾ ਸ਼ੂਜ਼ ਜਿਹੜਾ ਉਹ ਦਿੱਤਾ ਜਾਂਦਾ ਹੈ। ਅਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਬੈਸਟ ਤੋਂ ਬੈਸਟ ਕੁਆਲਿਟੀ ਦਾ ਸ਼ੂਜ਼ ਜਿਹੜਾ ਉਹ ਬੱਚੇ ਨੂੰ ਦਿੱਤਾ ਜਾਵੇ। ਸੋ ਅੱਜ ਸਾਡੇ ਨਾਲ ਰੀਤ ਆ, ਰੀਤ ਇੱਕ ਪੋਇਮ ਸੁਣਾਉਣਗੇ ਹੁਣੇ, ਅਤੇ ਆਪਾਂ ਸਭ ਤੋਂ ਪਹਿਲਾਂ ਰੀਤ ਤੋਂ ਪੋਇਮ ਸੁਣਦੇ ਹਾਂ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਬੋਲਣ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਸਾਰੇ। ਲੋੜਵੰਦਾਂ ਦੀ ਸੇਵਾ ਜੋ ਕਰਦੇ, ਜਿੱਤਦੇ ਜਾਂਦੇ ਕਦੇ ਨਾ ਹਾਰਦੇ, ਖੁਸ਼ੀਆਂ ਭਰਿਆ ਜੀਵਨ ਜੀਵੋ, ਲੰਬੀ ਉਮਰ ਹੋਵੇ ਤੁਹਾਡੀ, ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਸਾਰੇ, ਇਹੋ ਦਿਲੋਂ ਦੁਆ ਸਾਡੀ। ਆਪਣੇ ਲਈ ਸਾਰੇ ਜਿਉਂਦੇ ਪਰ ਅਸਲੀ ਜ਼ਿੰਦਗੀ ਜੋ ਲੋੜਾਂ ਲੋੜਵੰਦਾਂ ਦੇ ਕੰਮ ਆਉਂਦੇ, ਬਣੋ ਮਿਸਾਲ ਇਨਸਾਨੀਅਤ ਦੀ, ਹਰ ਸੇਵਾ ਦੇ ਬਣ ਜਾਓ ਭਾਗੀ, ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਸਾਰੇ, ਇਹੋ ਦਿਲੋਂ ਦੁਆ ਸਾਡੀ। ਇੱਕੋ ਇੱਕ ਮਨੁੱਖੀ ਜੀਵਨ ਜੋ ਸੇਵਾ ਦੇ ਕੰਮ ਆਉਂਦਾ, ਪਸ਼ੂ ਪੰਛੀ ਤਾਂ ਬੋਲ ਨਹੀਂ ਸਕਦੇ, ਇੱਕ ਬੰਦਾ ਹੀ ਨਾਰੇ ਲਾਉਂਦਾ, ਸੇਵਾ ਵੇਲੇ ਸਾਰੇ ਕਰ ਲਓ ਏਕਾ, ਜੇ ਰੱਬ ਨੂੰ ਕਰਨਾ ਰਾਜੀ, ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਸਾਰੇ, ਇਹੋ ਦਿਲੋਂ ਦੁਆ ਸਾਡੀ। ਦਿੰਦੇ ਹੋਣਗੇ ਪੈਰ ਅਸੀਸਾਂ ਜਦੋਂ ਪੈਰਾਂ ਨੂੰ ਨਿੱਘ ਮਿਲਦਾ ਹੋਵੇਗਾ, ਰੱਬ ਵੀ ਉਦੋਂ ਖੁਸ਼ ਹੁੰਦਾ ਹੋਣਾ ਜਦੋਂ ਬੱਚਿਆਂ ਦਾ ਚਿਹਰਾ ਖਿਲਦਾ ਹੋਵੇਗਾ, ਸਾਡਾ ਰੱਬ ਰਾਜੀ ਫਿਰ ਸਭ ਰਾਜੀ, ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਸਾਰੇ, ਇਹੋ ਦਿਲੋਂ ਦੁਆ ਸਾਡੀ। ਧੰਨਵਾਦ। ਸੋ ਹਮੇਸ਼ਾ ਹੀ ਅਸੀਂ ਗੱਲ ਕਰਦੇ ਹਾਂ ਕਿ ਸੇਵਾ ਵੇਲੇ ਏਕਾ ਕਰਨ ਦੀ ਜਿਹੜੀ ਆ ਉਹ ਬੜੀ ਜ਼ਰੂਰਤ ਆ, ਕਿ ਜਦੋਂ ਅਸੀਂ ਕੋਈ ਵੀ ਕੈਂਪੇਨ ਕਰ ਰਹੇ ਹਾਂ ਜਾਂ ਜਦੋਂ ਸੇਵਾ ਦੀ ਗੱਲ ਹੋ ਰਹੀ ਹੈ ਤਾਂ ਸਾਨੂੰ ਸਾਰਿਆਂ ਨੂੰ ਜਿਹੜਾ ਉਹ ਇਕੱਠੇ ਹੋ ਜਾਣਾ ਚਾਹੀਦਾ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਅਸੀਂ ਅੱਜ ਆਪਣੇ ਗੈਸਟ ਨੂੰ ਮਿਲਾਂਗੇ। ਮੇਰੇ ਨਾਲ ਜਿਹੜੇ ਆ ਉਹ ਪਿੰਡ ਦੇ ਸਰਪੰਚ, ਸਾਬਕਾ ਸਰਪੰਚ ਤੋਂ ਬਹੁਤ ਘੱਟ ਪਿੰਡ ਹੁੰਦੇ ਆ ਜਿੱਥੇ ਸਾਰਾ ਯੂਨੋ ਸਾਰੇ ਜਾਣੇ ਆਉਂਦੇ, ਪਿਛਲੇ ਸਰਪੰਚ ਵੀ ਆਉਂਦੇ ਨੇ, ਅਗਲੇ ਵੀ ਆਉਂਦੇ ਨੇ, ਅਤੇ ਇੱਥੇ ਹੈੱਡ ਟੀਚਰ ਇੱਥੇ ਇਸ ਪਿੰਡ ਦੇ ਟੀਚਰ ਵੀ ਸਾਡੇ ਨਾਲ ਨੇ, ਹਰਭਜਨ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਅਤੇ ਗੌਰਵ ਸ਼ਰਮਾ ਜੀ। ਸੋ ਸਭ ਤੋਂ ਪਹਿਲਾਂ ਅਸੀਂ ਗੌਰਵ ਸ਼ਰਮਾ ਜੀ ਨਾਲ ਮਿਲਾਂਗੇ। ਉਹਨਾਂ ਦੇ ਅੰਡਰ 10 ਸਕੂਲ ਆਉਂਦੇ ਨੇ ਜ਼ਿਲ੍ਹਾ ਮੋਗਾ ਦੇ, ਅਤੇ ਇਹ ਸਾਨੂੰ ਹਮੇਸ਼ਾ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਰਹਿੰਦੇ ਨੇ। ਅਤੇ ਗੌਰਵ ਸ਼ਰਮਾ ਜੀ ਦੱਸਣਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਆ ਸਟੂਡੈਂਟ ਸਰਕਾਰੀ ਸਕੂਲਾਂ 'ਚ ਆਉਂਦੇ ਨੇ ਅਤੇ ਉਹਨਾਂ ਦੀਆਂ ਕੀ ਬੈਕਗਰਾਊਂਡਸ ਹੁੰਦੀਆਂ ਨੇ, ਐਂਡ ਵਾਈ ਦੇ ਨੀਡ ਸ਼ੂਜ਼, ਕਿ ਉਹਨਾਂ ਨੂੰ ਸ਼ੂਜ਼ ਦੀ ਜਿਹੜੀ ਆ ਉਹ ਕਿਉਂ ਜ਼ਰੂਰਤ ਆ, ਜਾਂ ਉਹਨਾਂ ਦੀਆਂ ਹੋਰ ਕਿਹੜੀਆਂ ਜ਼ਰੂਰਤਾਂ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਖੁਸ਼ੀ ਭਰਿਆ ਦਿਨ ਹੈ, ਸਮਾਈਲ ਕੇਅਰ ਫਾਊਂਡੇਸ਼ਨ ਵਧਾਈ ਦੀ ਪਾਤਰ ਹੈ। ਮੈਡਮ ਮਨਦੀਪ ਕੌਰ ਜਿਹੜੇ ਕਿ ਇਸ ਸੰਸਥਾ ਦੇ ਹੈੱਡ ਹੈ, ਬੜਾ ਹੀ ਨੇਕ ਅਤੇ ਵਧੀਆ ਕੰਮ ਕਰ ਰਹੇ ਹੈ। ਬੱਚਿਆਂ ਨੂੰ ਜਿਹੜਾ ਸ਼ੂਜ਼ ਦੇਣ ਦਾ ਕੰਮ ਹੈ, ਜਿਹੜਾ ਇਹਨਾਂ ਨੇ ਟੀਚਾ ਮਿਥਿਆ, ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਵੀ ਇਹਨਾਂ ਦੇ ਟੀਚੇ ਅੱਗੇ ਅੱਗੇ ਵੱਧਦੇ ਜਾਣ ਅਤੇ ਇਹ ਟੀਚੇ ਮਿਥਦੇ ਜਾਣ। ਜਿਹੜੇ ਗਰੀਬ ਬੱਚਿਆਂ ਨੂੰ ਆਏ ਸ਼ੂਜ਼ ਅੱਜ ਮਿਲਣੇ ਹੈ, ਇਹਨਾਂ ਬੱਚਿਆਂ ਦਾ ਜੇ ਅਸੀਂ ਪੱਧਰ ਦੇਖੀਏ ਬਹੁਤ ਹੀ ਨੀਵਾਂ ਪੱਧਰ ਹੈ। ਇਹ ਬੱਚੇ ਬਹੁਤ ਹੀ ਗਰੀਬ ਫੈਮਿਲੀਆਂ ਨਾਲ ਰਿਲੇਟਡ ਹੈ ਇਹਨਾਂ ਦਾ। ਸਰਕਾਰ ਵੱਲੋਂ ਵੀ ਐਤਕੀ ਵਰਦੀ ਕੁਛ ਕਰਨਾ ਕਰਕੇ ਲੇਟ ਹੋ ਗਈ, ਜਿਸ ਕਰਕੇ ਬੱਚਿਆਂ ਦੇ ਕੋਲ ਸ਼ੂਜ਼ ਨਹੀਂ ਸੀ। ਤਾਂ ਜਿਹੜਾ ਇਹ ਸਮਾਈਲ ਕੇਅਰ ਫਾਊਂਡੇਸ਼ਨ ਉਪਰਾਲਾ ਕਰ ਰਹੀ ਹੈ ਬਹੁਤ ਹੀ ਵਧੀਆ, ਕਹਿੰਦੇ ਗੁਰਦੁਆਰੇ ਦੀ ਸੇਵਾ ਨਾਲੋਂ ਵੀ ਜਿਹੜੀ ਅਸੀਂ ਸੇਵਾ ਕਰਦੇ ਹਾਂ। ਆਮ ਪਿੰਡਾਂ ਦੇ ਵਿੱਚ ਬਣੀ ਹੈ ਗੱਲ ਵੀ ਗੁਰਦੁਆਰੇ ਦਾਨ ਕਰ ਦਿਉ, ਹੋਰ ਠੀਕ ਹੈ ਅਸੀਂ ਧਾਰਮਿਕ ਸਥਾਨਾਂ 'ਤੇ ਵੀ ਦਾਨ ਕਰਨਾ, ਪਰ ਇਹ ਸੇਵਾ ਇੱਥੇ ਹੀ ਨਹੀਂ ਉੱਪਰ ਵੀ ਕਾਊਂਟ ਕਿਉਂ ਹੁੰਦੀ ਹੈ ਜੇ ਅਸੀਂ ਕਿਸੇ ਗਰੀਬ ਬੱਚੇ ਦੇ ਚਿਹਰੇ 'ਤੇ ਮੁਸਕਾਨ ਲੈ ਕੇ ਆਈਏ। ਤਾਂ ਜਿਸ ਤਰ੍ਹਾਂ ਸਮਾਈਲ ਕੇਅਰ ਦਾ ਕੰਮ ਹੀ ਬੱਚਿਆਂ ਦੇ ਛੋਟੇ ਛੋਟਿਆਂ ਦੇ ਚਿਹਰੇ 'ਤੇ ਮੁਸਕਾਨ ਲੈ ਕੇ ਆਉਣਾ, ਅਸੀਂ ਇਸ ਨੂੰ ਐਪਰੀਸ਼ੀਏਟ ਕਰਦੇ ਹਾਂ ਬਹੁਤ ਵਧੀਆ। ਨਾਲੇ ਅੱਗੇ ਮੈਡਮ ਅੱਗੇ ਬੇਨਤੀ ਕਰਦੇ ਹਾਂ ਵੀ ਇੱਦਾਂ ਦੇ ਬੱਚੇ ਸਾਡੇ ਹਰ ਸਕੂਲ ਦੇ ਵਿੱਚ ਹੈਗੇ ਹੈ, ਤਾਂ ਤੁਸੀਂ ਸਾਡਾ ਸਾਥ ਦਿਓ, ਅਸੀਂ ਵੀ ਜਿਹੜਾ ਤੁਹਾਡੇ ਨਾਲ ਹੈ ਖੜ੍ਹੇ ਹਾਂ। ਅਸੀਂ ਤੁਹਾਨੂੰ ਸਲੰਪ ਏਰੀਆ ਜਿੱਥੇ ਬਹੁਤ ਹੀ ਜ਼ਿਆਦਾ ਲੋੜ ਹੈ ਬੱਚਿਆਂ ਦੀ, ਜਿੱਥੇ ਕਿ ਉਹਨਾਂ ਕੋਲ ਜੇ ਮੈਂ ਕਹਾਂ ਇਹੀ ਸ਼ੂਜ਼ ਉਹ ਫੰਕਸ਼ਨ 'ਤੇ ਵੀ ਪਾ ਕੇ ਜਾਂਦੇ ਆ, ਤਾਂ ਬੱਚਿਆਂ ਕੋਲ ਬਿਲਕੁਲ ਜਿਹੜੀ ਮੇਨ ਨੀਡ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਜੇ ਬੱਚਾ ਨੰਗੇ ਪੈਰ ਰਹਿੰਦਾ ਤਾਂ ਉਹਨੂੰ ਕੋਈ ਸੱਟ ਵੱਜਣ ਦਾ ਖਤਰਾ, ਉਹਨੂੰ ਸਫਾਈ ਦਾ, ਤਾਂ ਇੱਕ ਸ਼ੂਜ਼ ਹੀ ਹੈ ਜਿਹੜਾ ਉਹਨੂੰ ਇਹਨਾਂ ਬਿਮਾਰੀਆਂ ਤੋਂ ਹੋਰ ਤੋਂ ਬਚਾਉਂਦਾ। ਤਾਂ ਅਸੀਂ ਇੱਕ ਵਾਰ ਫਿਰ ਸਮਾਈਲ ਕੇਅਰ ਦਾ
ਇੱਥੇ ਸਾਡੇ ਕਿਉਂਕਿ ਮੇਰਾ ਸੈਂਟਰ ਸਕੂਲ ਹੈ, ਮੇਰੇ ਅੰਦਰ 10 ਸਕੂਲ ਹੋਰ ਹੈ, ਮੈਂ ਤਾਂ ਇਹ ਚਾਹੁੰਦਾ ਵੀ ਮੈਡਮ ਸਾਡੇ 10 ਸਕੂਲਾਂ ਨੂੰ ਹੀ ਕਵਰ ਕਰਨ, ਅਤੇ ਵਾਕਈ ਹੀ ਇਸ ਚੀਜ਼ ਦੀ ਸ਼ੂਜ਼ ਦੀ ਬਹੁਤ ਲੋੜ ਹੈ। ਅਸੀਂ ਇੱਕ ਵਾਰ ਫਿਰ ਦਿਲੋਂ ਇਹਨਾਂ ਦੇ ਧੰਨਵਾਦੀ ਹੈ ਕਿ ਮਹਾਰਾਜ ਇਹਨਾਂ ਨੂੰ ਹੋਰ ਦਾਨੀ ਸਜਨਿਆਂ ਦੇ ਨਾਲ ਜੋੜੇ। ਅਤੇ ਇਹ ਜਿਹੜੇ 15,000 ਦਾ ਟੀਚਾ ਵਾ, ਮੈਂ ਕਹਿੰਦਾ ਕੋਈ ਵੀ ਬੱਚਾ ਨਿੱਕੇ ਤੋਂ ਨਿੱਕਾ ਪਿੰਡ ਜਾਂ ਕੋਈ ਵੀ ਬੱਚਾ ਸ਼ੂਜ਼ ਤੋਂ ਬਗੈਰ ਰਹਿਣਾ ਹੀ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਇਸ ਸਕੂਲ ਦੇ ਵਿੱਚ ਆਲਮੋਸਟ 50% ਬੱਚੇ ਆ ਜੋ ਕਿ ਅੱਜ ਸਲਿੱਪਰਸ 'ਚ ਆਏ ਨੇ, ਜੋ ਚੱਪਲਾਂ 'ਚ ਆਏ ਨੇ, ਐਂਡ ਦੇ ਨੀਡ ਸ਼ੂਜ਼। ਅਸੀਂ ਉਹਨਾਂ ਨੂੰ ਹੁਣੇ ਮਿਲਾਂਗੇ, ਪਲੱਸ 2 ਬੱਚੇ ਆ ਜਿਨ੍ਹਾਂ ਨੂੰ ਬੈਗਸ ਦੀ ਜ਼ਰੂਰਤ ਆ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਡੋਨਰਸ ਦੀ ਜਿਨ੍ਹਾਂ ਨੇ ਸਾਨੂੰ ਬੈਗਸ ਪ੍ਰੋਵਾਈਡ ਕੀਤੇ ਆ। ਅਤੇ ਅੱਜ ਅਸੀਂ ਜਿਹੜੇ ਸਕੂਲ ਦੇ ਵਿੱਚ ਜਿਹੜੇ ਬੱਚੇ ਨੂੰ ਬਹੁਤ ਜ਼ਿਆਦਾ ਬੈਗ ਦੀ ਲੋੜ ਆ ਉਹਨੂੰ ਅਸੀਂ ਅੱਜ ਬੈਗਸ ਦੇਵਾਂਗੇ। ਸੋ ਹੁਣ ਅਸੀਂ ਮਿਲਦੇ ਹਾਂ ਜਗਤਾਰ ਸਿੰਘ ਜੀ ਨੂੰ, ਇਹ ਵੀ ਇਸ ਸਕੂਲ ਦੇ ਟੀਚਰ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਜ ਸਮਾਈਲ ਕੇਅਰ ਸੰਸਥਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਹਕੀਮਾਂ, ਜ਼ਿਲ੍ਹਾ ਮੋਗਾ, ਪੰਜਾਬ ਦੇ ਵਿੱਚ ਬੂਟਾਂ ਦੀ ਜਿਹੜੀ ਹੈ ਦਾਨ ਕੀਤਾ ਗਿਆ ਬੂਟਾਂ ਦਾ। ਬੱਚਿਆਂ ਨੂੰ ਬਹੁਤ ਜ਼ਿਆਦਾ ਲੋੜ ਸੀ। ਆਮ ਤੌਰ 'ਤੇ ਅਸੀਂ ਇਹ ਦੇਖਦੇ ਹਾਂ ਵੀ ਬੂਟਾਂ ਦੀ ਲੋੜ ਇਕੱਲੀ ਸਿਆਲ ਦੇ ਵਿੱਚ ਹੁੰਦੀ ਹੈ, ਠੰਡ ਦੇ ਮੌਸਮ, ਇਹ ਨਹੀਂ ਹੈ। ਬੂਟਾਂ ਦੀ ਲੋੜ ਗਰਮੀ ਦੇ ਵਿੱਚ ਵੀ ਹੁੰਦੀ ਹੈ, ਬਰਸਾਤ ਦੇ ਮੌਸਮ ਦੇ ਵਿੱਚ ਵੀ ਹੁੰਦੀ ਹੈ। ਸੰਸਥਾ ਨੇ ਬਹੁਤ ਵੱਡਾ ਉਪਰਾਲਾ ਕੀਤਾ। ਮੈਡਮ ਮਨਦੀਪ ਕੌਰ ਜੀ ਟਾਂਗਰਾ, ਮੈਡਮ ਬਲਜਿੰਦਰ ਕੌਰ ਜੀ ਜੋ ਸੰਸਥਾ ਦੇ ਮੁਖੀ ਹੈ ਸਮਾਈਲ ਕੇਅਰ ਦੇ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਸਰਦਾਰ ਸੁਖਜਿੰਦਰ ਸਿੰਘ ਜੀ ਲੰਡੇ ਕੇ, ਸਰਦਾਰ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਸਪੌਂਸਰ ਕੀਤਾ, ਆਰਥਿਕ ਮਦਦ ਦਿੱਤੀ ਆ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਜਿਵੇਂ ਪਿਛਲੇ ਸਮੇਂ ਦੇ ਵਿੱਚ ਕਿਸੇ NRI ਵੱਲੋਂ ਕੰਪਿਊਟਰ ਦਾਨ ਕੀਤਾ ਗਿਆ, ਸਾਡੇ ਪਿੰਡ ਦੇ ਹੀ ਜਿਹੜੇ ਸਾਬਕਾ ਅਧਿਆਪਕ ਵੀ ਆ, ਸਾਬਕਾ ਸਰਪੰਚ ਵੀ ਆ, ਉਹਨਾਂ ਨੇ ਇਸ ਸਕੂਲ ਦੇ ਵਿੱਚ ਵਧੀਆ ਸਿੱਖਿਆ ਜਾਰੀ ਕਰਨ ਦੇ ਲਈ ਸਮਾਰਟ ਰੂਮ ਬਣਵਾਉਣਾ। ਇਹ ਬਹੁਤ ਹੀ ਵਧੀਆ, ਜਾਣੀ NRI ਵੀਰ ਆ ਜਿਹੜੇ ਉਹ ਵੀ ਦਾਨ ਕਰ ਰਹੇ ਆ, ਪਿੰਡ ਦੇ ਜਿਹੜੇ ਦਾਨੀ ਸੱਜਣ ਆ ਉਹ ਵੀ ਦਾਨ ਕਰ ਰਹੇ ਆ। ਅਤੇ ਅਸੀਂ ਸੰਸਥਾ ਦੇ ਬੜੇ ਧੰਨਵਾਦ ਕਰਦੇ ਹਾਂ ਸੰਸਥਾ ਦਾ ਕਿ ਉਹਨਾਂ ਨੇ ਜਿਹੜੇ ਬੂਟ ਦਾਨ ਕੀਤੇ ਆ ਬਹੁਤ ਵਧੀਆ ਕੰਮ ਕੀਤਾ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਸਥਾ ਵੱਧ ਤੋਂ ਵੱਧ ਜਿਹੜੀ ਹੈ ਦਾਨ ਕਰਦੀ ਰਹੂਗੀ। ਥੈਂਕ ਯੂ। ਸੋ ਜਗਤਾਰ ਸਿੰਘ ਜੀ ਨਾਲ ਗੱਲ ਕੀਤੀ ਆਪਾਂ, ਇਸ ਸਕੂਲ ਦੇ ਟੀਚਰ ਨੇ। ਅਤੇ ਅੱਜ ਜਦੋਂ ਮੈਂ ਸਕੂਲ 'ਚ ਆਈ ਅਤੇ ਇਸ ਪਿੰਡ ਦੇ ਸਾਬਕਾ ਸਰਪੰਚ ਸਾਡੇ ਨਾਲ ਮੌਜੂਦ ਨੇ ਹਰਭਜਨ ਸਿੰਘ ਜੀ, ਅਤੇ ਜਦੋਂ ਮੈਨੂੰ ਦੱਸਿਆ ਕਿ ਉਹ ਪਹਿਲਾਂ ਟੀਚਰ ਵੀ ਰਹਿ ਚੁੱਕੇ ਨੇ ਅਤੇ ਸਰਪੰਚ ਵੀ ਆ, ਤਾਂ ਮੈਨੂੰ ਲੱਗਦਾ ਕਿ ਮੈਂ ਜਿੰਨੇ ਵੀ ਪਿੰਡ ਅੱਜ ਤੱਕ ਮੈਨੂੰ 250 ਤੋਂ ਪਲੱਸ ਪਿੰਡ ਮੈਂ ਵਿਜ਼ਿਟ ਕਰ ਲਿਆ, ਅਤੇ ਪਹਿਲੀ ਵਾਰੀ ਮੈਂ ਸੁਣਿਆ ਕਿ ਇੱਕ ਟੀਚਰ ਵੀ ਆ ਅਤੇ ਨਾਲ ਉਹ ਸਰਪੰਚ ਵੀ ਨੇ। ਅਤੇ ਬਹੁਤ ਹੀ ਉਹਨਾਂ ਨੇ ਇੱਕ ਸਪੈਸ਼ਲ ਸਾਨੂੰ ਗੱਲ ਸੁਣਾਈ ਆ, ਮੈਂ ਚਾਹੁੰਦੀ ਕਿ ਉਹ ਲਾਈਵ ਵੀਡੀਓ 'ਚ ਵੀ ਸਾਰਿਆਂ ਨੂੰ ਦੱਸਣ, ਅਤੇ ਉਹ ਇਸ ਚੀਜ਼ ਦੀ ਉਦਾਹਰਨ ਦੇਣ ਕਿ ਬਹੁਤ ਸਾਰੇ ਕੰਮ ਆ ਜਿਹੜੇ ਕਿ ਬਿਨਾਂ ਸਿਆਸਤ ਤੋਂ ਵੀ ਹੋ ਸਕਦੇ ਨੇ ਅਤੇ ਹੁੰਦੇ ਨੇ। ਬਸ ਤੁਹਾਡਾ ਜਜ਼ਬਾ ਹੋਣਾ ਚਾਹੀਦਾ ਕਿ ਇਹ ਕੰਮ ਸਾਡੇ ਪਿੰਡ ਵਿੱਚ ਹੋ ਜਾਵੇ, ਅਤੇ ਜ਼ਰੂਰੀ ਨਹੀਂ ਕਿ ਹਰ ਕੰਮ ਲਈ ਤੁਹਾਨੂੰ ਜਿਹੜਾ ਵਾ ਉਹ ਪੋਲੀਟੀਕਲ ਪਲੈਟਫਾਰਮ ਚਾਹੀਦਾ, ਅਤੇ ਤਾਂ ਹੀ ਪਿੰਡਾਂ ਦੇ ਵਿੱਚ ਕੰਮ ਹੁੰਦੇ ਨੇ। ਬਿਨਾਂ ਪੋਲੀਟੀਕਲ ਪਲੈਟਫਾਰਮ ਦੇ ਵੀ ਤੁਸੀਂ ਜਿਹੜਾ ਵਾ ਆਪਣੇ ਸਕੂਲ ਨੂੰ ਬੈਟਰ ਕਰ ਸਕਦੇ ਹੋ, ਜਾਂ ਕੋਈ ਵੀ ਮੁਹਿੰਮ ਸ਼ੁਰੂ ਕਰ ਸਕਦੇ ਹੋ ਆਪਣੇ ਪਿੰਡ 'ਚ, ਜਾਂ ਕੋਈ ਵੀ ਅੱਛਾ ਇਨੀਸ਼ੀਏਟਿਵ ਜਿਹੜਾ ਤੁਸੀਂ ਲੈ ਸਕਦੇ ਹੋ। ਅਤੇ ਆਈ ਹੋਪ ਕਿ ਹਰਭਜਨ ਸਿੰਘ ਤੋਂ ਅਸੀਂ ਬੜੇ ਮੋਟੀਵੇਟ ਹੋਵਾਂਗੇ ਕਿ ਉਹਨਾਂ ਦਾ ਜਿਹੜਾ ਟੀਚਰ ਅਤੇ ਸਰਪੰਚੀ ਦਾ ਸਫ਼ਰ ਕਿੱਦਾਂ ਦਾ ਰਿਹਾ ਹੈ ਇੱਥੇ। ਸੋ ਅੱਜ ਅਸੀਂ ਪਿੰਡ ਨੂਰਪੁਰ ਹਕੀਮਾਂ ਦੇ ਵਿੱਚ ਹਾਂ, ਜ਼ਿਲ੍ਹਾ ਮੋਗਾ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਡਮ ਮੈਂ ਤੁਹਾਡੀ ਆਪਣੀ ਸੰਸਥਾ ਦੀ ਜਿਹੜੀ ਤੁਸੀਂ ਜਿਹਨੂੰ ਤੁਸੀਂ ਚਲਾ ਰਹੇ ਜੇ ਸਮਾਈਲ ਕੇਅਰ, ਮੈਂ ਤੁਹਾਨੂੰ ਇਹਦੇ ਚਲਾਉਣ ਦੀ ਬਾਬਤ ਬਹੁਤ ਬਹੁਤ ਵਧਾਈ ਦਿੰਦਾ ਵਾਂ। ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ, ਇਹ ਜਿਹੜਾ ਕੰਮ ਮੈਂ ਅਸੀਂ ਇੰਨੇ ਹੋ ਗਏ ਆ 70 ਸਾਲ ਦੀ, 75 ਸਾਲ ਦੀ ਉਮਰ ਹੋ ਗਈ ਹੈ, ਅਸੀਂ ਜਿਹੜਾ ਕੰਮ ਨਹੀਂ ਕਰ ਸਕੇ ਉਹ ਤੁਸੀਂ ਕੀਤਾ। ਮੈਨੂੰ ਮੈਂ ਬਹੁਤ ਹੀ ਇਸ ਕਰਕੇ ਤੁਹਾਨੂੰ ਇਸ ਗੱਲ ਦੀ ਪਹਿਲਾਂ ਮੈਂ ਬਹੁਤ ਮੁਬਾਰਕ ਦਿੰਦਾ, ਉਸ ਤੋਂ ਬਾਅਦ ਮੈਂ ਜਿਹੜੀ ਹੈ ਕੋਈ ਗੱਲ ਕਰਾਂਗਾ। ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਇਹੋ ਜਿਹੇ ਸਕੂਲ ਨੇ ਜਿਹੜੇ ਸਾਡੇ ਇਸ ਪਿੰਡ ਦੇ ਸਕੂਲਾਂ ਨਾਲੋਂ ਵੀ ਮਾੜੇ ਆ। ਜਿਵੇਂ ਕਿ ਤੁਸੀਂ ਮੈਨੂੰ ਬੱਲੜਵਾਲ ਦੀ ਗੱਲ ਦੱਸੀ ਹੈ ਵੀ ਅਸੀਂ ਉੱਥੇ ਉਸ ਪਿੰਡ ਨੂੰ ਅਡੋਪਟ ਕਰਕੇ ਆਏ ਹਾਂ, ਮੈਂ ਕਹਿੰਦਾ ਮੈਂ ਬੱਲੜਵਾਲ ਦੇ ਕਿਉਂਕਿ ਬਿਲਕੁਲ ਬਾਰਡਰ 'ਤੇ ਪਿੰਡ ਹੈ, ਮੈਂ ਉਹਦਾ ਅੱਗੇ ਵੀ ਮੇਰੀ ਗੱਲ ਸੁਣ ਭੇਜਣਾ ਮੇਰੀ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ, ਅਜਨਾਲਾ ਤਹਿਸੀਲ ਦੇ ਵਿੱਚ ਹੈ। ਹੈਂ
ਅਤੇ ਉਸ ਦੇ ਨਾਲ ਹੋਰ ਵੀ ਬਹੁਤ ਸਾਰੇ ਪਿੰਡ ਆ ਜਿੰਨਾ ਕਿ ਮੇਰੇ ਖਿਆਲ ਮੈਂ ਜਦੋਂ ਉਹਨਾਂ ਦੇ ਕਿਤੇ ਆਮ ਲਾਈਵ ਬਹਿਨਾ ਉਹਨਾਂ ਦੀ ਟੈਲੀਵਿਜ਼ਨ ਦੇ ਉੱਤੇ ਤਾਂ ਉਹਨਾਂ ਦੇ ਮਕਾਨ ਵੀ ਬਹੁਤ ਜ਼ਿਆਦਾ ਕੱਚੇ ਆ, ਜਾਣੀ ਕਿ ਬਹੁਤ ਹੀ ਪਛੜਿਆ ਹੋਇਆ, ਅਤੇ ਤੁਸੀਂ ਉਸ ਇਲਾਕੇ ਨੂੰ ਬਿਲੋਂਗ ਕਰਦੇ ਜੇ, ਇਸ ਕਰਕੇ ਮੈਂ ਕਹਿੰਦਾ ਮੈਂ ਸਭ ਤੋਂ ਵੱਧ ਜਿਹੜਾ ਉਸ ਇਲਾਕੇ ਨੂੰ ਤਵੱਜੋ ਦਿਓ, ਮੈਂ ਇਸ ਗੱਲ ਕਰਦਾ। ਲੇਕਿਨ ਜਿਹੜਾ ਤੁਸੀਂ ਅੱਜ ਸਾਡਾ ਪਿੰਡ ਚੁਣ ਕੇ ਸਾਡੇ 'ਤੇ ਪਾਰਪਕਾਰ ਕੀਤਾ, ਇਹ ਮੈਂ ਕਹਿੰਦਾ ਇਹ ਕੰਮ ਸਾਨੂੰ ਕਰਨਾ ਚਾਹੀਦਾ ਸੀ। ਹੈਂ ਅਤੇ ਮੈਂ ਇਹਦੀ ਗੱਲ ਸੁਣ, ਜਿਹੜਾ ਤੁਸੀਂ ਕਰਕੇ ਸਾਡੇ 'ਤੇ ਆਸਾਨ ਚਾੜਿਆ ਉਹਦਾ ਅਸੀਂ ਕੋਈ ਦੇਣ ਨਹੀਂ ਦੇ ਸਕਦੇ। ਮੈਂ ਆਪਣੇ ਪਿੰਡ ਦੇ ਜਿਹੜੇ ਕੋਈ 4-5 ਬੰਦੇ IRN ਹੈ ਨੇ, ਉਹਨਾਂ ਨੂੰ ਰਿਕੁਐਸਟ ਕਰਦਾ ਵਾਂ, ਦੇਖੋ ਮੇਰੀ ਗੱਲ ਸੁਣ, ਵੀ ਇੱਕ ਛੋਟੀ ਜਿਹੀ ਬੱਚੀ ਸਾਡੇ ਪਿੰਡ ਦੇ ਵਿੱਚ ਆਣ ਕੇ ਇੰਨਾ ਕੰਮ ਕਰਦੀ ਏ, ਅਤੇ ਤੁਹਾਨੂੰ ਵੀ ਇਹ ਬੇੜਾ ਇਹਦੇ ਕੋਲੋਂ ਵੇਖ ਕੇ ਕੁਛ ਨਾ ਕੁਛ ਕਰਨਾ ਚਾਹੀਦਾ। ਅਸੀਂ ਗੁਰਦੁਆਰਿਆਂ ਨੂੰ ਆਪਣੇ ਜੀਵਨ ਵਾਸਤੇ ਬਹੁਤ ਕੁਛ ਕਰਦੇ ਹਾਂ, ਲੇਕਿਨ ਇਹ ਜਿਹੜਾ ਐਜੂਕੇਸ਼ਨ ਦਾ ਕੰਮ ਹੈ ਸਾਡੇ ਲੋਕਾਂ ਨੂੰ, ਮੇਰੀ ਗੱਲ ਸੁਣ, ਇਹ ਇੱਕ ਐਜੂਕੇਸ਼ਨ ਇੱਕ ਇਹੋ ਜਿਹਾ ਵਿਸ਼ਾ ਹੈ, ਦੋ ਹੀ ਵਿਸ਼ੇ ਆ, ਜੇ ਸਰਕਾਰਾਂ ਇਹਨਾਂ ਦੋ ਵਿਸ਼ਿਆਂ ਵੱਲ ਬਿਲਕੁਲ ਧਿਆਨ ਨਹੀਂ ਕਰ ਦਿੱਤੀਆਂ, ਇੱਕ ਹੈਲਥ ਅਤੇ ਇੱਕ ਕੀ ਨਾਂ ਹੈ ਐਜੂਕੇਸ਼ਨ, ਪਰ ਸਰਕਾਰਾਂ ਜਿਹੜੀਆਂ ਸਾਡੀਆਂ ਉਹ ਬਿਲਕੁਲ ਇਗਨੋਰ ਕਰਦੀਆਂ ਨੇ ਇਹਨਾਂ ਕੰਮਾਂ ਨੂੰ। ਕਿ ਇਹਨਾਂ ਨੇ ਜਿਹੜਾ ਬੱਚਿਆਂ ਨੂੰ ਬੂਟ ਸ਼ੂ ਦੇਣੇ ਸ਼ੁਰੂ ਕੀਤੇ ਆ, ਇਹ ਸਭ ਤੋਂ ਅਹਿਮ ਕੰਮ ਹੈ, ਕਿਉਂ ਸਾਡੇ ਸਾਰੇ ਸਰੀਰ ਦੇ ਵਿੱਚੋਂ ਇੱਕੋ ਪੈਰ ਹੀ ਅੰਗ ਨੇ ਜਿਹੜੇ ਧਰਤੀ 'ਤੇ ਲੱਗਦੇ ਆ, ਅਤੇ ਧਰਤੀ ਦਾ ਮਿੱਟੀ ਘਟਾ ਇਹਨਾਂ ਨੂੰ ਪੈਂਦਾ ਇੱਥੋਂ ਹੀ, ਇਸ ਕਰਕੇ ਸਭ ਤੋਂ ਹਫਾਜ਼ ਸਾਨੂੰ ਪੈਰਾਂ ਦੀ ਸਭ ਤੋਂ ਵੱਧ ਕਰਨੀ ਚਾਹੀਦੀ ਹੈ। ਅਤੇ ਅਸੀਂ ਕਹਿੰਦੇ ਹਾਂ ਵੀ ਇਹ ਜਿਹੜੇ ਪੈਰ ਹੈ ਸਾਡੇ ਸਭ ਤੋਂ ਨਿਖਿੱਧ ਅੰਗ ਹੈ, ਜਿਹੜਾ ਕਿ ਸਭ ਤੋਂ ਜ਼ਰੂਰੀ ਅੰਗ ਸਾਡੇ ਪੈਰ ਹੈ, ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਾ ਚੁਣਿਆ ਉਹ ਵੀ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ, ਮੈਂ ਇਸ ਕਰਕੇ ਵੀ ਇਹਨਾਂ ਨੂੰ ਮੁਬਾਰਕ ਦੇਣਾ। ਦੂਸਰਾ ਜਿਹੜਾ ਇਹਨਾਂ ਨੇ ਮੈਨੂੰ ਕਿਹਾ ਸੀਗਾ, ਦੱਸਿਆ ਸੀਗਾ ਬਈ ਤੁਸੀਂ ਸਿਆਸੀ ਕੰਮਾਂ ਤੋਂ ਬਾਹਰ ਵੀ ਜਿਹੜੇ ਹੈਗੇ ਆ ਉਹ ਕੰਮ ਹੋ ਸਕਦੇ ਆ, ਮੈਂ ਫਿਰ ਉਹ ਰਿਪੀਟ ਕਰ ਦਿੰਦਾ ਵਾਂ, ਜਦੋਂ ਮੈਂ ਸਰਪੰਚ ਬਣਿਆ ਤਾਂ ਮੇਰੇ ਮਨ ਦੇ ਵਿੱਚ ਇਹ ਆ ਗਿਆ ਵੀ ਜਦੋਂ ਦਾ, ਮੇਰੀ ਗੱਲ ਸੁਣ, ਸਾਡਾ ਪਿੰਡ 1947 ਤੋਂ ਅਸੀਂ ਉੱਧਰੋਂ ਆਏ ਹਾਂ, ਸਾਡਾ ਸਕੂਲ ਉਦੋਂ ਦਾ ਪ੍ਰਾਇਮਰੀ ਸਕੂਲ ਹੈ, ਉਸ ਦਿਨ ਤੋਂ ਹੀ ਮੇਰੀ ਗੱਲ ਸੁਣ, ਮੈਂ ਸਕੂਲ ਆਪ, ਮੇਰੀ 70 ਸਾਲ ਦੀ ਉਮਰ ਹੋ ਗਈ ਹੈ, ਮੈਂ ਇੱਥੇ ਪ੍ਰਾਇਮਰੀ ਸਕੂਲ ਇੱਥੋਂ ਆਪਣੀ ਐਜੂਕੇਸ਼ਨ ਸ਼ੁਰੂ ਕੀਤੀ ਸੀ, ਅਤੇ ਉਹ ਸਾਡਾ ਸਕੂਲ ਜਿਹੜਾ ਪ੍ਰਾਇਮਰੀ ਰਿਹਾ, ਅਤੇ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੋਣ ਕਰਕੇ ਮੈਂ ਆਪਣੇ ਸਾਥੀਆਂ ਨੂੰ ਕਿਹਾ ਯਾਰ ਸਾਡੀ ਮਦਦ ਕਰੋ, ਸਾਡਾ ਸਕੂਲ ਜਿਹੜਾ ਇਹਦੀ ਸਟਰੈਂਥ ਦੇ ਹਿਸਾਬ ਨਾਲ, ਯਾਨੀ ਕਿ ਹੋਰ ਤਾਦਾਦ ਦੇ ਹਿਸਾਬ ਨਾਲ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਨੇ, ਅਤੇ ਇਹਨੂੰ ਮਿਡਲ ਸਕੂਲ ਕੀਤਾ ਜਾਵੇ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਐਤਕੀ ਤਾਂ ਪਾਈ ਅਸੀਂ ਮੇਰੇ ਕਹਿੰਦੇ ਪ੍ਰਪੋਜ਼ਲਾਂ ਭੇਜ ਬੈਠੇ ਆ, ਅਗਲੇ ਸਾਲ ਤੁਹਾਨੂੰ ਨੈਕਸਟ ਸਾਲ ਜਿਹੜੀਆਂ ਨੇ ਉਹ ਤੁਹਾਡਾ ਸਕੂਲ ਲਾਜ਼ਮੀ ਪਾਵਾਂਗੇ। ਕੁਦਰਤੀ ਤੌਰ 'ਤੇ 10-12 ਦਿਨਾਂ ਦੇ ਉਹਨਾਂ ਦੀ ਇੱਕ ਪ੍ਰਪੋਜ਼ਲ ਰਿਜੈਕਟ ਹੋ ਗਈ, ਅਤੇ ਉਹਨਾਂ ਨੇ ਮੈਨੂੰ ਸੱਦਿਆ ਵੀ ਲਵੀ ਆਓ ਦਬਾਦਬ, ਅਤੇ ਤੁਸੀਂ ਆਪਣੇ ਸਕੂਲ ਦੀ ਜਿਹੜੀ ਹੈਗੀਆਂ ਨੇ ਉਹਦੀ ਸਿਚੁਏਸ਼ਨ ਦੱਸੋ ਉਹਨਾਂ ਦੀ, ਜੋ ਤਦਾਦ ਹੈ ਮੈਂ ਸਕੂਲ ਦੇ ਵਿੱਚੋਂ ਇਕੱਠੀ ਕਰਕੇ ਲਗਿਆ, ਅਤੇ ਅਸੀਂ ਉਹ ਉੱਥੇ ਮੋਗੇ ਡਿਸਟ੍ਰਿਕਟ ਲੈਵਲ ਦੇ ਉੱਤੇ ਅਸੀਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਸਾਰਾ ਜਾਂ ਘੰਟੇ ਦੇ ਵਿੱਚ ਲਾ ਕੇ ਅਸੀਂ 8-9 ਵਜੇ ਤੱਕ ਉਹ ਤਿਆਰ ਕਰਕੇ ਚੰਡੀਗੜ੍ਹ ਭੇਜ ਦਿੱਤਾ, ਅਤੇ 15 ਦਿਨਾਂ ਦੇ ਵਿੱਚ ਸਾਡਾ ਸਕੂਲ ਜਿਹੜਾ ਉਹ ਮਿਡਲ ਸਕੂਲ ਅਪਗ੍ਰੇਡ ਹੋ ਗਿਆ। ਇਹਦੇ ਵਿੱਚ ਕਿਸੇ ਸਿਆਸੀ ਬੰਦੇ ਦਾ ਕੋਈ ਦਖਲਅੰਦਾਜ਼ੀ ਨਹੀਂ ਸੀ, ਸਿਰਫ ਜਿਹੜਾ ਮੇਰੀ ਕਹਿ ਸਕਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਮੈਂ ਰਹਿਣ ਕਰਕੇ, ਅਤੇ ਉਹਨਾਂ ਸੱਜਣਾ ਦਾ ਮੈਨੂੰ ਇਹ ਸਾਰਾ ਕੋਆਪਰੇਟ ਕਰਕੇ ਸਾਡਾ ਸਕੂਲ ਜਿਹੜਾ ਉਹ ਕੀ ਨਾ ਹੈ ਵੀ ਇਹ ਅਪਗ੍ਰੇਡ ਹੋ ਗਿਆ। ਅਤੇ ਇਸ ਕਰਕੇ ਮੈਂ ਫਿਰ ਦੁਬਾਰਾ ਮੈਡਮ ਮਨਦੀਪ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਹੜਾ ਕੰਮ ਅਸੀਂ ਇਹ ਕੰਮ ਜਿਹੜਾ ਇਹ ਕਰ ਰਹੇ ਸਾਨੂੰ ਪਿੰਡ ਲੈਵਲ 'ਤੇ ਕਰਨਾ ਚਾਹੀਦਾ। ਕੀ ਗੱਲ, ਅਸੀਂ ਮੇਰੀ ਕਹਿਣ ਪਿੰਡ ਲੈਵਲ ਦੇ ਉੱਤੇ ਸਾਡੇ ਕੋਲ 10-20 ਬੰਦੇ ਜਿਹੜੇ ਆਪਾਂ ਕੋਈ 10-20, 30-50, 60 ਹਜ਼ਾਰ ਰੁਪਈਆ ਵੀ ਇਕੱਠਾ ਨਹੀਂ ਕਰ ਸਕਦੇ, ਜਦੋਂ ਕਿ ਅਸੀਂ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਦੇ ਵਿੱਚ ਅਸੀਂ 15-15 ਲੱਖ ਰੁਪਈਆ ਇਕੱਠਾ ਕਰਕੇ ਲਾ ਦਿੰਦੇ ਹਾਂ, ਅਤੇ ਇੱਥੇ ਜੇ ਮੇਰੀ ਕਹਿੰਦਾ ਆਪਾਂ ਸਕੂਲ ਦੇ ਵਿੱਚ 2 ਲੱਖ ਰੁਪਈਆ ਜਾਂ ਸਾਲ ਦੇ ਵਿੱਚ 1 ਲੱਖ ਰੁਪਈਆ ਲਾ ਦਈਏ ਤਾਂ ਕੋਈ ਵੱਡੀ ਗੱਲ ਨਹੀਂ। ਇਸ ਕਰਕੇ ਮੈਂ ਇਹਨਾਂ ਨੂੰ ਇਹ ਗੱਲ ਕਰ ਫਿਰ ਦੁਬਾਰਾ ਮੁਬਾਰਕ ਦੇਣਾ ਵਾਂ ਵੀ ਮਹਾਰਾਜ ਇਹਨਾਂ ਨੂੰ ਲੰਮੀ ਉਮਰ ਦੇਵੇ, ਅਤੇ ਇਸ ਕੰਮ ਕਰਨ ਦੇ ਵਿੱਚ ਇਹਨਾਂ ਨੂੰ ਅਪਾਰ ਸ਼ਕਤੀ ਦੇਵੇ। ਇਹਨਾਂ ਨੇ ਇੱਕ ਗੱਲ ਕਹੀ ਹੈ, ਮੇਰੀ ਗੱਲ ਸੁਣ, ਵੀ ਅਸੀਂ ਲੇਡੀਜ਼ ਵਾਂ ਸਾਨੂੰ ਕਈ ਪ੍ਰੋਬਲਮ ਆਉਂਦੀਆਂ ਨੇ, ਮੈਂ ਇਹਨਾਂ ਨੂੰ ਇੱਕ ਹੀ ਗੱਲ ਰਿਕੁਐਸਟ ਕੀਤੀ ਹੈ ਵੀ ਗਾਂਹ ਤੋਂ ਤੁਸੀਂ ਇਹ ਨਹੀਂ ਕਹਿਣਾ ਕਰਨਾ ਵੀ ਅਸੀਂ ਲੇਡੀ ਹਾਂ, ਤੁਸੀਂ ਬੰਦਿਆਂ ਨਾਲੋਂ ਵੱਧ ਜੇ ਜਿਹੜੇ ਕੰਮ ਬੰਦੇ ਨਹੀਂ ਕਰ ਸਕਦੇ ਉਹ ਤੁਸੀਂ ਕਰ ਸਕਦੇ ਕਰ ਰਹੀ ਹਾਂ ਜੇ, ਅਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਇਸ ਲੇਡੀਜ਼ ਕਰਕੇ ਅਤੇ ਤੁਸੀਂ ਇਹ ਇਸ ਗੱਲ ਨੂੰ ਕੰਮ ਨੂੰ ਛੋਟਾ ਨਾ ਕਰੋ, ਜਿਹੜਾ ਕੰਮ ਤੁਸੀਂ ਕਰਦੇ ਹੋ ਇਹ ਕੰਮ ਮੈਂ ਕਹਿੰਦਾ ਵਾ ਵੱਡੇ ਵੱਡੇ ਵੀ ਬੰਦੇ ਨਹੀਂ ਕਰ ਸਕਦੇ, ਅਤੇ ਸਾਡੇ ਕੋਲੋਂ ਵੀ ਨਹੀਂ ਹੋ ਰਿਹਾ। ਮੈਂ ਇਸ ਕਰਕੇ ਫਿਰ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਇਹਨਾਂ ਦੇ ਜਿਹੜੇ ਵੀ ਰਿਸਪੋਂਸਰ ਨੇ ਇਹਨਾਂ ਨੂੰ ਇਹਨਾਂ ਦੇ ਨਾਲ ਵੱਧ ਤੋਂ ਵੱਧ ਜੁੜਨ ਅਤੇ ਵੱਧ ਤੋਂ ਵੱਧ ਇਹ ਸੇਵਾ ਕਰਨ। ਜੇ ਸਾਨੂੰ ਵੀ ਕਿਤੇ ਮੌਕਾ ਮਿਲਿਆ ਤਾਂ ਅਸੀਂ ਵੀ ਇਹਨਾਂ ਦੀ ਜ਼ਰੂਰ ਇਸ ਕੰਮ ਦੇ ਵਿੱਚ ਮਦਦ ਕਰਾਂਗੇ। ਥੈਂਕ ਯੂ। ਸੋ ਬਹੁਤ ਬਹੁਤ ਸ਼ੁਕਰੀਆ ਹਰਭਜਨ ਸਿੰਘ ਜੀ, ਜੋ ਕਿ ਸਾਬਕਾ ਸਰਪੰਚ ਨੇ ਨੂਰਪੁਰ ਹਕੀਮਾਂ ਦੇ, ਅਤੇ ਸਾਡੇ ਨਾਲ ਪਿੱਪਲ ਸਿੰਘ ਜੀ ਆ ਜੋ ਕਿ ਪ੍ਰੈਜ਼ੈਂਟ ਕਰੰਟ ਸਰਪੰਚ ਨੇ, ਅਤੇ ਬਹੁਤ ਹੀ ਵਧੀਆ ਇਹਨਾਂ ਨੇ ਇਗਜ਼ੈਂਪਲ ਦਿੱਤੀ ਆ ਸਾਡੇ ਸਾਰਿਆਂ ਲਈ, ਇੱਕ ਯੂਨੋ ਮੋਟੀਵੇਟਿੰਗ ਚੀਜ਼ ਹੈ ਕਿ
ਇੱਕ ਤੇ ਜਿਹਨੂੰ ਸਿਸਟਮ ਦਾ ਪਤਾ ਹੈ, ਇਹੋ ਜਿਹੇ ਜਦੋਂ ਅਸੀਂ ਇਹੋ ਜਿਹੇ ਬੰਦੇ ਅੱਗੇ ਆ ਕੇ ਜਦੋਂ ਸਰਪੰਚ ਬਣਦੇ ਨੇ ਜਾਂ ਅੱਗੇ ਆਉਂਦੇ ਨੇ ਜਾਂ ਟੀਮ ਦੀ ਇੱਕ ਦੂਜੇ ਦੀ ਮਦਦ ਕਰਦੇ ਨੇ ਤੇ ਉਹ ਹੈਲਪ ਕਰ ਪਾਉਂਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਥੋੜਾ ਜਿਹਾ ਅਸੀਂ ਸਟੱਡੀ ਕਰ ਲਈਏ, ਥੋੜਾ ਜਿਹਾ ਸਾਡਾ ਧਿਆਨ ਹੋਵੇ ਤੇ ਉਹ ਬਿਨਾਂ ਯੂਨੋ ਆਪਣੇ ਖੁਦ ਦੇ ਪੈਸੇ ਲਾਏ ਵੀ ਹੋ ਸਕਦਾ ਵਾ। ਸੋ ਸੇਵਾ ਜਿਹੜੀ ਆ ਉਹ ਸਿਰਫ ਪੈਸਿਆਂ ਨਾਲ ਨਹੀਂ ਹੁੰਦੀ, ਸੇਵਾ ਜਿਹੜੀ ਆ ਉਹ ਸਾਡੇ ਸਕਿੱਲ ਨਾਲ, ਸਾਡੇ ਗੁਣਾਂ ਨਾਲ, ਤੇ ਅਸੀਂ ਕਿੱਦਾਂ ਆਪਣਾ ਵਕਤ ਦੇ ਕੇ ਸੇਵਾ ਕਰ ਸਕਦੇ ਹਾਂ। ਸੋ ਉੱਧਰ ਵੀ ਸਾਡਾ ਜਿਹੜਾ ਧਿਆਨ ਹੋਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ। ਅਤੇ ਸਾਡੇ ਨਾਲ ਕਰੰਟ ਸਰਪੰਚ ਨੇ ਪਿੱਪਲ ਸਿੰਘ ਜੀ, ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਬੱਚਿਆਂ ਨੂੰ ਮਿਲਾਂਗੇ ਜਿਹੜੇ ਅੱਜ ਸ਼ੂਜ਼ ਨਹੀਂ ਪਾ ਕੇ ਆਏ, ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬੈਗ ਦੇਵਾਂਗੇ ਜਿਹੜੇ ਅੱਜ ਸਕੂਲ ਬੈਗ ਨਹੀਂ ਲੈ ਕੇ ਆਏ ਬੱਚੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮੈਡਮ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਮੈਂ, ਮੇਰੇ ਭੈਣ ਜੀ ਮਨਦੀਪ ਕੌਰ ਜੀ, ਮੇਰੇ ਪਿੰਡ ਦੇ ਵਿੱਚ, ਪਿੰਡ ਨੂਰਪੁਰ ਹਕੀਮਾ 'ਚ ਜੋ ਬੱਚਿਆਂ ਨੂੰ ਦਾਨ ਕਰਨ ਵਾਸਤੇ ਆਏ ਨੇ, ਮੈਂ ਇਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ। ਇੱਕ ਇਹਨਾਂ ਨੇ ਆਉਂਦਿਆਂ ਸਾਨੂੰ ਸਰਪੰਚ ਸਾਹਿਬ ਨੇ ਦੱਸੀ, ਸਾਬਕਾ ਮਾਸਟਰ ਹਰਭਜਨ ਸਿੰਘ ਨੇ, ਵੀ ਅਸੀਂ ਲੜਕੀਆਂ ਵਾਂ। ਅਸੀਂ ਇਹਨਾਂ ਨੂੰ ਜਵਾਬ ਦਿੱਤਾ ਵੀ ਲੜਕੀਆਂ ਨਹੀਂ, ਤੁਸੀਂ ਮਰਦ ਹੋ, ਜਿਹੜੇ ਮਰਦ ਨਹੀਂ ਕੰਮ ਕਰ ਰਹੇ ਉਹ ਤੁਸੀਂ ਕਰ ਰਹੇ ਹੋ। ਅਤੇ ਇੱਕ ਇਹਨਾਂ ਨੇ ਸਾਨੂੰ ਛੋਟੀ ਜਿਹੀ ਗੱਲ ਦੱਸੀ ਵੀ ਅਫਸਰ ਸਾਹਿਬਾਨ ਸਾਨੂੰ ਕਿਤੇ ਲੋੜ ਪਈ ਅਤੇ ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ। ਮੈਂ ਲੱਖ ਲੰਤ ਕਹਿੰਦਾ ਜਿਹੜੇ ਜੋ ਅਫਸਰ ਸਾਹਿਬਾਨ ਨੇ ਇਸ ਇਹ ਜੋ ਸੁਣਨਗੇ ਵੀ ਇਸ ਇਹੋ ਜਿਹੀਆਂ ਬੱਚੀਆਂ ਸਾਡੀਆਂ ਭੈਣਾਂ ਜਿਹੜੀ ਅਸੀਂ ਅਫਸਰ ਸਾਹਿਬਾਨ ਨਹੀਂ ਕੰਮ ਕਰ ਰਹੇ, ਲੀਡਰ ਨਹੀਂ ਕਰ ਰਹੇ, ਤਕੜੇ ਆਪਾਂ ਬਹੁਤ ਤਕੜੇ ਆਪਦੇ ਨਹੀਂ ਸਰਦਾਰ ਖਵਾਉਣੇ ਆ ਨਹੀਂ ਕਰ ਸਕਦੇ। ਇੱਕ ਸਾਡੀ ਭੈਣ ਜੀ ਮਨਦੀਪ ਕੌਰ ਨੇ ਉੱਦਮ ਕੀਤਾ ਗਰੀਬ ਬੱਚਿਆਂ ਨੂੰ, ਇੱਕ ਕਿਸੇ ਘਰ ਬੱਚਾ ਨਹੀਂ ਹੁੰਦਾ, ਲੜਕੀ ਨਹੀਂ ਹੁੰਦੀ ਜਾਂ ਲੜਕਾ ਨਹੀਂ ਹੁੰਦਾ, ਆਪਾਂ ਲੱਖਾਂ ਰੁਪਈਏ ਕਰੋੜਾਂ ਰੁਪਈਏ ਸੁੱਖਣਾ ਸੁੱਖਦੇ ਹਾਂ ਵੀ ਸਾਡੇ ਕਰਕੇ ਬੱਚਾ ਹੋਵੇ। ਅਤੇ ਮੈਂ ਤਾਂ ਕਹਿੰਦਾ ਮੇਰੀ ਭੈਣ ਜੀ ਦੇ ਕਿੰਨੇ ਬੱਚੇ ਆ ਬਿਨਾਂ ਸੁੱਖਣਾ ਸੁੱਖਣ ਤੋਂ, ਇਹਨਾਂ ਦਾਨ ਕਰਨ ਤੋਂ ਸਾਰੇ ਬੱਚੇ ਮੇਰੀ ਭੈਣ ਜੀ ਦੇ ਨੇ ਜਿਹੜੇ ਸਕੂਲਾਂ ਦੇ ਵਿੱਚ ਦਾਨ ਕਰ ਰਹੇ ਨੇ। ਅਤੇ ਮੈਂ NRI ਹੋਰ ਤਕੜੇ ਦਾਨੀਆਂ ਨੂੰ ਵੀ ਕਹਿੰਦਾ ਮੇਰੀ ਭੈਣ ਜੀ ਨਾਲ, ਮਨਦੀਪ ਕੌਰ ਨਾਲ ਕਨੈਕਟ ਕਰਕੇ ਇਹਨਾਂ ਨੂੰ ਦਾਨ ਕਰਨ, ਜੋ ਇਹ ਗਾਂਹ ਦਾਨ ਕਰ ਰਹੇ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਾਨ ਕਰ ਰਹੇ ਨੇ, ਮੇਰੇ ਜੋ ਪਿੰਡ ਨੂੰ ਸਾਨੂੰ ਇਹ ਭਾਰ ਚੜ੍ਹਾ ਕੇ ਜਾ ਰਹੇ ਨੇ, ਕੋਈ ਮੌਕਾ ਮਿਲੇਗਾ ਤਾਂ ਅਸੀਂ ਇਹਨਾਂ ਦਾ ਵੀ ਜੋ ਭਾਰ ਹੈ ਅਸੀਂ ਲਾਵਾਂਗੇ। ਇੰਨਾ ਹੀ ਕਹਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਬੜੇ ਨਾਈਸ ਨੇ ਸਾਰੇ, ਬੜੇ ਨਾਈਸ ਨੇ ਬਈ। ਇੱਥੇ ਉਹਨਾਂ ਨੂੰ ਫੀਲ ਹੋ ਰਿਹਾ ਕਿ ਮਨਦੀਪ ਜਿਹੜੇ ਆ ਉਹ ਸਾਡੇ ਪਿੰਡ ਆ ਗਏ ਨੇ ਅਤੇ ਸਾਡੇ ਪਿੰਡ ਦੇ ਬੱਚਿਆਂ ਨੂੰ ਸ਼ੂਜ਼ ਦੀ ਜਿਹੜੀ ਆ ਉਹ ਜ਼ਰੂਰਤ ਆ, ਅਤੇ ਉਹ ਫੀਲ ਕਰਦੇ ਨੇ ਕਿ ਸਾਨੂੰ ਇਹਦਾ ਇਕੁਅਲੈਂਟ ਕੁਛ ਇਸ ਸੰਸਥਾ ਲਈ ਵੀ ਕਰਨਾ ਚਾਹੀਦਾ ਹੈ। ਐਂਡ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਸਾਡੇ ਨਾਲ ਮਿਲ ਕੇ ਅੱਗੋਂ ਜਿਹੜਾ ਵਾ ਕੋਈ ਨਾ ਕੋਈ ਜ਼ਰੂਰ ਕਾਰਜ ਜਿਹੜਾ ਉਹ ਕਰਨਾ ਚਾਹੁੰਦੇ ਨੇ। ਅਤੇ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ, ਅਸੀਂ ਜਦੋਂ ਤੁਹਾਡੇ ਪਿੰਡ ਆਉਂਦੇ ਹਾਂ ਅਤੇ ਥੋੜ੍ਹੇ ਜਿਹੇ ਇੰਸਪਾਇਰ ਹੋ ਜਾਂਦੇ ਹੋ, ਅਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਕਿ ਜਦੋਂ ਉਹਨਾਂ ਬੱਚਿਆਂ ਨੂੰ ਅਸੀਂ ਸ਼ੂਜ਼ ਦੇ ਪਾਉਂਦੇ ਹਾਂ ਜਿਹੜੇ ਕਿ ਸਕੂਲ 'ਚ ਜਾਂ ਤਾਂ ਨੰਗੇ ਪੈਰੀ ਆ ਰਹੇ ਆ ਜਾਂ ਉਹ ਚੱਪਲਾਂ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਆ ਰਹੇ ਆ। ਅਤੇ ਅਸੀਂ ਜਿਹੜਾ ਬੱਚਿਆਂ ਨੂੰ ਹੁਣ ਇੱਥੇ ਅਰਾਊਂਡ 46 ਬੱਚੇ ਨੇ ਇਸ ਸਕੂਲ ਦੇ ਵਿੱਚ ਜਿਹੜੇ ਕਿ ਅੱਜ ਚੱਪਲਾਂ ਦੇ ਵਿੱਚ ਆਏ ਨੇ ਸਕੂਲ ਦੇ ਵਿੱਚ। ਜਿਹਦੇ ਵਿੱਚੋਂ 46 ਬੱਚੇ ਜਿਹੜੇ ਆ ਉਹ ਅੱਜ ਚੱਪਲਾਂ ਦੇ ਵਿੱਚ ਆਏ ਸੀ। ਅਤੇ ਅਸੀਂ ਇੱਕ ਨਵੇਂ ਕੈਂਪੇਨ ਦੀ ਸ਼ੁਰੂਆਤ ਕੀਤੀ ਆ 50,000 ਸ਼ੂਜ਼ ਦੇ ਨਾਲ ਨਾਲ ਬੈਗਸ ਫੋਰ ਬਲੈਸਿੰਗਸ, ਕਿ ਅਸੀਂ ਉਹਨਾਂ ਬੱਚਿਆਂ ਨੂੰ ਬੈਗਸ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਜਾਂ ਤਾਂ ਬੈਗ ਲੈ ਕੇ ਹੀ ਨਹੀਂ ਆ ਰਹੇ ਜਾਂ ਫਿਰ ਬਿਲਕੁਲ ਹੀ ਲਿਫਾਫੇ 'ਚ ਜਾਂ ਆਪਣੇ ਕਿਸੇ ਵੀ ਯੂਨੋ ਝੋਲੇ 'ਚ ਜਾਂ ਆਪਣਾ ਜਿਹੜਾ ਉਹ ਲੈ ਕੇ ਆ ਰਹੇ ਨੇ ਆਪਣੀਆਂ ਕਿਤਾਬਾਂ, ਕਿਸੇ ਤਰ੍ਹਾਂ ਯੂਨੋ ਆਪਣਾ
ਸਾਰ ਕੇ ਕਿਤਾਬਾਂ ਸਕੂਲ ਲੈ ਕੇ ਆ ਰਹੇ ਨੇ। ਸੋ ਅਸੀਂ ਆਈਡੈਂਟੀਫਾਈ ਕਰਦੇ ਹਾਂ ਹਰ ਸਕੂਲ 'ਚ ਹੁਣ ਜਿੱਥੇ ਵੀ ਅਸੀਂ ਜਾਂਦੇ ਹਾਂ ਕਿ ਅਸੀਂ ਬੱਚਿਆਂ ਦਾ ਬੈਗ ਜਿਹੜਾ ਚੈੱਕ ਕਰੀਏ ਅਤੇ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਨੀਡ ਆ ਉਹ ਲਾਸਟ ਵਾਲੇ ਦੋ ਤਿੰਨ ਬੱਚਿਆਂ ਨੂੰ ਜਿਹੜੇ ਉਹ ਅਸੀਂ ਬੈਗਸ ਪ੍ਰੋਵਾਈਡ ਕਰੀਏ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸੁਖਜਿੰਦਰ ਸਿੰਘ ਜੀ ਅਤੇ ਜਸਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਜਿਨ੍ਹਾਂ ਨੇ ਸਾਡਾ ਅੱਜ ਦਾ ਕੈਂਪੇਨ ਸਪੋਂਸਰ ਕੀਤਾ ਹੈ ਅਤੇ ਜਿਹੜੇ ਕਿ ਲਗਾਤਾਰ ਸਾਡੇ ਕੈਂਪੇਨ ਸਪੋਂਸਰ ਕਰਦੇ ਨੇ ਜ਼ਿਲ੍ਹਾ ਮੋਗਾ ਦੇ ਵਿੱਚ। ਦੇਖੋ ਜ਼ਿਲ੍ਹਾ ਮੋਗਾ ਦੇ ਵਿੱਚ ਕਿੰਨੇ ਸਾਰੇ NRIs ਹੋਣਗੇ ਅਤੇ ਮੈਨੂੰ ਲੱਗਦਾ ਹੈ ਕਿ ਆਲਮੋਸਟ ਸਾਰੇ ਕੈਂਪੇਨਸ ਜਿਹੜੇ ਆ ਉਹ ਸੁਖਜਿੰਦਰ ਸਿੰਘ ਜੀ ਅਤੇ ਜਸਪਾਲ ਸਿੰਘ ਜੀ ਨੇ ਦੋਨੋਂ ਬ੍ਰਦਰਸ ਨੇ ਜਿਹੜੇ ਆ ਉਹ ਸਾਡੇ ਸਪੋਂਸਰ ਕਰ ਰਹੇ ਨੇ ਜ਼ਿਲ੍ਹਾ ਮੋਗਾ ਦੇ ਵਿੱਚ। ਇੱਕ ਜ਼ਿੰਮੇਵਾਰੀ ਲਈ ਹੋਈ ਹੈ ਜ਼ਿਲ੍ਹਾ ਮੋਗਾ ਦੀ ਅਤੇ ਬਹੁਤ ਹੀ ਬਖੂਬੀ ਆ, ਬਹੁਤ ਹੀ ਅਸੀਂ ਤੁਹਾਡੇ ਰਿਣੀ ਹਾਂ ਕਿ ਤੁਸੀਂ ਔਨ ਦਾ ਗਰਾਊਂਡ ਵੀ ਸਾਡੇ ਨਾਲ ਪਾਰਟੀਸਪੇਟ ਕੀਤਾ, ਸਾਡੇ ਕੈਂਪੇਨਸ ਤੁਸੀਂ ਸ਼ਾਮਲ ਹੋਏ, ਤੁਸੀਂ ਸਮਝਿਆ ਇਸ ਮੁਹਿੰਮ ਨੂੰ, ਇਹਦੀ ਇੰਪੋਰਟੈਂਸ ਸਮਝੀ ਅਤੇ ਤੁਸੀਂ ਇੰਨੀ ਦੂਰੋਂ ਬੈਠ ਕੇ ਸਾਡੇ 'ਤੇ ਟਰੱਸਟ ਕਰਕੇ ਅਗਲੇ ਜਿਹੜੇ ਆ ਜ਼ਿਲ੍ਹਾ ਮੋਗਾ ਦੇ ਕੈਂਪੇਨ ਤੁਸੀਂ ਲਗਾਤਾਰ ਸਪੋਂਸਰ ਕਰ ਰਹੇ ਹੋ। ਅਸੀਂ ਤੁਹਾਡੇ ਬਹੁਤ ਜ਼ਿਆਦਾ ਰਿਣੀ ਹਾਂ, ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਸਾਡੇ ਲਾਗੇ ਦੋ ਬੱਚੇ ਨੇ ਜਿਹੜੇ ਕਿ ਇੱਕ ਬੱਚਾ ਤਾਂ ਆ ਕਿ ਉਹ ਬੈਗ ਅੱਜ ਲੈ ਕੇ ਨਹੀਂ ਆਇਆ ਅਤੇ ਉਹਦੇ ਮੈਮ ਕਹਿੰਦੇ ਨੇ ਕਿ ਇਹ ਬੱਚਾ ਜਿਹੜਾ ਹੈ ਉਹ ਕਦੀ ਕਦੀ ਕਿਤਾਬਾਂ ਜਿਹੜੀਆਂ ਉਹ ਹੱਥ 'ਚ ਫੜ ਲਿਆਉਂਦਾ ਹੈ ਅਤੇ ਜਾਂ ਫਿਰ ਕਿਤਾਬਾਂ ਵੀ ਸਕੂਲ ਜਿਹੜਾ ਨਹੀਂ ਲੈ ਕੇ ਆਉਂਦਾ। ਇਹਦਾ ਮਤਲਬ ਕਿ ਇਹਦੇ ਕੋਲ ਨਿਊ ਜਾਂ ਕੋਈ ਵੀ ਕਾਪੀਜ਼ ਵੀ ਜਿਹੜੀਆਂ ਉਹ ਨਹੀਂ ਹੈਗੀਆਂ। ਅਤੇ ਦੂਸਰਾ ਬੱਚਾ ਜਿਹੜਾ ਕਿ ਇੱਕ ਆਪਣੇ ਕੱਪੜੇ ਦੇ ਬੈਗ ਦੇ ਵਿੱਚ ਜਿਹੜਾ ਆਪਣੀਆਂ ਬੁੱਕਸ ਲੈ ਕੇ ਆਇਆ। ਨਾਮ ਕੀ ਤੁਹਾਡਾ? ਬਲਰਾਮ। ਹਾਂ ਬਲਰਾਮ। ਬਲਰਾਮ ਵੈਰੀ ਗੁੱਡ। ਕੌਣ ਸੀ ਕਲਾਸ ਹੈ? ਪਹਿਲੀ। ਹਾਂ ਪਹਿਲੀ। ਪਹਿਲੀ ਕਲਾਸ ਤੁਹਾਡੀ? ਠੀਕ ਹੈ। ਤੁਹਾਡਾ ਨਾਮ ਕੀ? ਮੇਰਾ ਨਾਮ ਰਿਤਿਕਾ। ਹਾਂ ਰਿਤਿਕਾ। ਰਿਤਿਕਾ ਠੀਕ ਹੈ। ਬੈਗ ਕਿੱਥੇ ਤੁਹਾਡਾ? ਹੈ ਨਹੀਂ ਬੈਗ। ਹੁਣ ਨਵਾਂ ਦੇ ਦਈਏ ਤੈਨੂੰ ਬੈਗ? ਤੇਰੇ ਲੈ ਕਾਪੀਆਂ ਹੈਗੀਆਂ? ਤੇਰੇ ਕੋਲ ਕਾਪੀਆਂ ਹੈਗੀਆਂ? ਉਹ ਘਰ ਛੱਡਿਆ? ਸਾਡੇ ਵਾਲੰਟੀਅਰਸ ਜਿਹੜੇ ਆ ਉਹ ਆਲਰੇਡੀ ਪਾ ਰਹੇ ਨੇ ਸ਼ੂਜ਼ ਪਾ ਰਹੇ ਨੇ। ਚਲੋ ਪਾ ਕੇ ਦਿਖਾ ਦਿਓ ਮੈਨੂੰ ਬੈਗ। ਉਹ ਤਾਂ ਚੇਂਜ ਕਰ ਦਿੰਦੀ
ਸੋ ਦੋ ਬੱਚੇ ਨੇ ਸਾਡੇ ਕੋਲ ਅੱਜ, ਰਿਤਿਕਾ ਤੇ ਤੁਹਾਡਾ ਨਾਮ ਕੀ? ਬਲਰਾਮ, ਜਿਨ੍ਹਾਂ ਨੂੰ ਅਸੀਂ ਅੱਜ ਬੈਗ ਦਿੱਤੇ ਨੇ। ਰਿਤਿਕਾ ਦਾ ਬੈਗ 'ਚ ਥੋੜ੍ਹੀ ਪ੍ਰੋਬਲਮ ਆ, ਅਸੀਂ ਉਹਦਾ ਬੈਗ ਜਿਹੜਾ ਚੇਂਜ ਕਰਕੇ ਦੇ ਰਹੇ ਹਾਂ। ਚਲੋ ਉਹ ਵਾਲੇ ਬੈਗ 'ਚ ਪਾ ਲਓ ਤੁਸੀਂ। Thank you.
ਚਾਕਲੇਟ ਖਾਲੀ ਹੈ? ਦੱਸੋ ਖਾਲੀ ਕਿ ਨਹੀਂ? ਨਵੇਂ ਬੂਟ ਪਾਉਣ ਲੱਗੀ ਮੈਂ, ਪਾਦਾ ਨਵੇਂ ਬੂਟ। ਇਸ ਬੱਚੇ ਦਾ ਨਾਮ ਸੁਖਪ੍ਰੀਤ ਆ। ਇਹ ਦੁਨੀਆ ਦੇਖਦਾ ਜਿਹੜੀ ਆਪਾਂ ਦੇਖਦੇ ਨਹੀਂ ਆ, ਹੈ ਨਾ? ਦੀਦੀ ਪਾਰੀ ਜਲਾਵਾਂ। ਸਾਰਿਆਂ ਤੋਂ ਪਹਿਲਾਂ ਪਾਏ
एक और ऊपर मुझे दिखा दो।
ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਅਤੇ ਅੱਜ ਅਸੀਂ ਪਿੰਡ ਨੂਰਪੁਰ ਹਕੀਮਾਂ ਦੇ ਵਿੱਚ ਹਾਂ, ਜ਼ਿਲ੍ਹਾ ਮੋਗਾ ਦੇ ਵਿੱਚ। ਅਤੇ ਬਹੁਤ ਹੀ ਮੈਂ ਸ਼ੁਕਰਗੁਜ਼ਾਰ ਹਾਂ ਬਲਜਿੰਦਰ ਕੌਰ ਜੀ, ਜਿਨ੍ਹਾਂ ਨੇ ਪੂਰਾ ਕੈਂਪੇਨ ਕੋਆਰਡੀਨੇਟ ਕੀਤਾ ਹੈ, ਸਾਡੇ ਵੋਲੰਟੀਅਰ ਨੇ। ਅਤੇ ਬਹੁਤ ਬਹੁਤ ਸ਼ੁਕਰੀਆ ਸੁਖਜਿੰਦਰ ਸਿੰਘ ਜੀ ਅਤੇ ਜਸਪਾਲ ਸਿੰਘ ਜੀ, ਜਿਨ੍ਹਾਂ ਨੇ ਕੈਂਪੇਨ ਸਪੋਂਸਰ ਕੀਤਾ ਹੈ। ਅਤੇ ਇੱਥੇ ਮੌਜੂਦ ਪਿੰਡ ਨਿਵਾਸੀ, ਪਿੰਡ ਦੇ ਸਰਪੰਚ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਟਾਫ ਵੀ ਬੜੀ ਥੈਂਕਫੁਲ ਆ, ਜਿਨ੍ਹਾਂ ਨੇ ਇੰਨਾ ਅੱਛਾ ਕੋਆਰਡੀਨੇਟ ਕੀਤਾ ਸਾਡੇ ਨਾਲ। ਅਤੇ ਬਹੁਤ ਜਲਦੀ ਅਗਲੇ ਕਿਸੇ ਪਿੰਡ ਮਿਲਾਂਗੇ। ਅਤੇ ਮੇਰੀ ਰਿਕੁਐਸਟ ਹੈ ਕਿ ਜ਼ਰੂਰ ਸਾਨੂੰ, ਜੇ ਤੁਸੀਂ ਲੋਕਲ ਉਸੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ, ਤਾਂ ਸਾਡੇ ਕੈਂਪੇਨ ਜ਼ਰੂਰ ਤੁਸੀਂ ਨੋਟ ਕਰੋ ਕਿ ਕਿਹੜੇ ਦਿਨ ਅਸੀਂ ਕਿਹੜੇ ਜ਼ਿਲ੍ਹੇ ਵਿੱਚ ਆ ਰਹੇ ਹਾਂ, ਅਤੇ ਸਾਨੂੰ ਨਾਲ ਤੁਸੀਂ ਜੁਆਇਨ ਕਰੋ। ਸਾਨੂੰ ਬਹੁਤ ਖੁਸ਼ੀ ਹੋਏਗੀ ਜੇ ਤੁਸੀਂ ਪਿੰਡ ਪਿੰਡ ਸਾਡੇ ਨਾਲ ਮਿਲ ਕੇ ਬੱਚਿਆਂ ਨੂੰ ਸ਼ੂਜ਼ ਪਵਾਓ, ਅਤੇ ਬਹੁਤ ਹੀ ਜ਼ਿਆਦਾ ਅਸੀਂ ਥੈਂਕਫੁਲ ਹੋਵਾਂਗੇ। ਅਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਡੋਨਰਸ ਦਾ, ਜਿਹੜੇ ਕਿ ਸਾਨੂੰ ਲਗਾਤਾਰ ਸਪੋਂਸਰ ਕਰਦੇ ਨੇ, ਸਾਡੇ ਸਰਵਿਸ ਦਾ ਧਿਆਨ ਰੱਖਦੇ ਨੇ। ਅਤੇ ਸਾਰਿਆਂ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਤੁਸੀਂ ਪਲੀਜ਼ ਸਾਨੂੰ ਸ਼ੂਜ਼ ਜਾਂ ਸਲਿੱਪਰਸ ਜਾਂ ਕਿਸੇ ਵੀ ਏਜ ਗਰੁੱਪ ਲਈ ਤੁਸੀਂ ਸਾਨੂੰ ਪਲੀਜ਼ ਸਪੋਂਸਰ ਕਰੋ। ਤੁਸੀਂ ਸਾਨੂੰ ਪਲੀਜ਼ ਕਿਸੇ ਵੀ ਏਜ ਗਰੁੱਪ ਦੇ ਸ਼ੂਜ਼ ਜਿਹੜੇ ਤੁਸੀਂ ਸਾਨੂੰ ਸਪੋਂਸਰ ਕਰ ਸਕਦੇ ਹੋ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਹੁਣ ਮੈਕਸੀਮਮ ਸਲਮ ਏਰੀਆਜ਼ ਵੀ ਕਵਰ ਕਰੀਏ, ਅਤੇ ਉਸ ਵਿੱਚ
ਕਿ ਉਹ ਵਾਲੇ ਜਿਹੜੇ ਏਰੀਆਜ਼ ਅਸੀਂ ਕਵਰ ਕਰਦੇ ਹਾਂ ਸਲੰਮ ਏਰੀਆਜ਼, ਉਹਦਾ ਜਨਰਲੀ ਅਸੀਂ ਜਿਹੜਾ ਸਰਵੇ ਵਿੱਚ ਕੈਂਪੇਨ ਨਹੀਂ ਪਾਉਂਦੇ, ਪਰ ਹੁਣ ਮੇਰੀ ਕੋਸ਼ਿਸ਼ ਹੋਏਗੀ ਕਿ ਅਸੀਂ ਨਾਲ ਸਟੇਟ ਦਾ ਨਾਮ ਲਿਖ ਕੇ, ਜਿੱਦਾਂ ਸਲੰਮ ਏਰੀਆ ਪੰਜਾਬ ਇਕੁਅਲ ਲਾਈਕ 100 ਸਲਿੱਪਰਸ ਜਾਂ ਸ਼ੂਜ਼ ਜਿਹੜਾ ਅਸੀਂ ਹਮੇਸ਼ਾ ਪਾਉਂਦੇ ਰਹਾਂਗੇ, ਅਤੇ ਜ਼ਰੂਰ ਤੁਸੀਂ ਸਾਨੂੰ ਜਨਰਲ ਸ਼ੂਜ਼ ਜ਼ਰੂਰ ਭੇਜੋ, ਜਾਂ ਜਨਰਲ ਕੋਈ ਵੀ ਚੱਪਲ ਜਾਂ ਕੁਛ ਵੀ ਤੁਹਾਨੂੰ ਲੱਗਦਾ ਕਿ ਨਵਾਂ ਤੁਸੀਂ ਸਾਨੂੰ ਫੁੱਟਵੇਅਰ ਭੇਜ ਸਕਦੇ ਹੋ ਕਿਸੇ ਵੀ ਏਜ ਗਰੁੱਪ ਦਾ, ਜ਼ਰੂਰ ਸਾਨੂੰ ਭੇਜੋ ਤਾਂ ਕਿ ਅਸੀਂ ਉਹਨੂੰ ਯੂਜ਼ ਕਰਕੇ ਅਸੀਂ ਸਲੰਮ ਏਰੀਆਜ਼ ਦੇ ਵਿੱਚ ਜਿਹੜੇ ਆ ਉਹ ਕੈਂਪੇਨ ਕਰ ਸਕੀਏ, ਅਤੇ ਬਹੁਤ ਜ਼ਰੂਰੀ ਆ ਸਾਡੇ ਲਈ ਸਲੰਮ ਏਰੀਆਜ਼ ਨੂੰ ਵੀ ਕਵਰ ਕਰਨਾ, ਅਤੇ ਅਸੀਂ ਚਾਹੁੰਦੇ ਵੀ ਹਾਂ ਕਿ ਅਸੀਂ ਵੱਖ ਵੱਖ ਸਟੇਟ ਵਿੱਚ ਸਲੰਮ ਏਰੀਆਜ਼ ਜਿਹੜੇ ਕਵਰ ਕਰੀਏ, ਸੋ ਮੇਰੀ ਰਿਕੁਐਸਟ ਆ ਕਿ ਸਾਨੂੰ ਜ਼ਰੂਰ ਤੁਸੀਂ ਸ਼ੂਜ਼ ਸਪੋਂਸਰ ਕਰੋ, ਸੌਕਸ ਸਪੋਂਸਰ ਕਰੋ, ਜਾਂ ਤੁਸੀਂ ਸਕੂਲ ਸ਼ੂਜ਼ ਵੀ ਜਿਹੜੇ ਤੁਸੀਂ ਸਾਨੂੰ ਸਪੋਂਸਰ ਕਰ ਸਕਦੇ ਹੋ, ਜਿਹੜੇ ਅਸੀਂ ਐਲੀਮੈਂਟਰੀ ਸਕੂਲਸ ਦੇ ਵਿੱਚ ਜਿਹੜੇ ਆ ਯੂਟੀਲਾਈਜ਼ ਕਰ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਇਸ ਕੈਂਪੇਨ ਨੂੰ ਇੰਨਾ ਸਕਸੈਸਫੁਲ ਬਣਾਉਣ ਲਈ, ਅਤੇ ਜ਼ਿਲ੍ਹਾ ਮੋਗਾ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਨਦੀਪ ਕੌਰ ਸਿੱਧੂ।